ਕਈ ਵਾਰ ਸਾਨੂੰ ਗੱਡੀਆਂ ਰਾਹ 'ਚ ਰੋਕ ਲੈਂਦੇ ਆ, ਅਸੀਂ ਆਹੀ ਕਹਿੰਦੇ ਹਾਂ ਵੀ ਮੂਸੇ ਦੇ ਹਾਂ ਯਾਰ, ਕਹਿੰਦੇ ਜਾਓ ਯਾਰ, ਜੇ ਤੁਸੀਂ ਮੂਸੇ ਦੇ ਐਡੇ ਤਕੜੇ ਸਟਾਰ ਦੇ ਪਿੰਡ ਦੇ ਬੰਦੇ ਹੋ ਯਾਰ, ਲੰਘ ਜਾਓ ਯਾਰ, ਕੋਈ ਚੱਕਰ ਹੀ। ਮੈਂ ਸਵਾਲ ਕਰਿਆ ਵੀ ਰੇਤਾ ਉੱਡਦਾ, ਹਾਂਜੀ, ਇਹ ਸਿੱਧੂ ਮੂਸੇ ਵਾਲੇ ਦੇ ਪਿਓ ਦੀ ਦੇਣ ਹੈ ਸਾਨੂੰ। ਅੱਛਾ ਜੀ। ਉੱਥੋਂ ਨਾਲੀ ਪੱਟ ਕੇ ਲਿਆ ਟੋਭੇ 'ਚੋਂ, ਗੰਦਾ ਪਾਣੀ ਸਾਡੀਆਂ ਬੁੜੀਆਂ ਸਲਵਾਰਾਂ 'ਚ ਲੱਕ ਜਾ ਕੇ ਨਾ ਤੰਦੀਆਂ, ਰੱਸੀਆਂ ਬੰਨ ਕੇ ਫਿਰ ਗੁਫਾ ਅੰਦਰ ਸਿੱਟ ਕੇ ਜਾਂਦੀਆਂ ਇੱਧਰ। ਨਹੀਂ, ਇੱਕ ਤਾਂ ਛੜੀਆਂ ਬਣ ਰਹੀ ਹੈ, ਅੱਛਾ ਜੀ, ਇੱਕ ਲੁਕ ਛੇਪ ਕੇ ਬਣ ਰਹੀ। ਜਦੋਂ ਪੀਣੀ ਹੁੰਦੀ ਆ ਉਦਣੇ ਪੇਕ ਲਾਉਣਾ ਜੀ, ਮਤਲਬ ਇੱਧਰ ਪਲਾਈ ਜਾ ਰਹੀ ਹੈ? ਹਾਂਜੀ। ਅੱਛਾ ਜੀ। ਕਿਵੀ ਖਵਾਉਂਦੇ ਨੇ, ਪਲਾਉਂਦੇ ਵੀ ਨੇ? ਗਰੀਬ ਗਰੀਬ ਦੀ ਕਰੂਗਾ ਜੀ, ਅਮੀਰ ਨੂੰ ਸਾਨੂੰ ਖੜੇ ਬਾਣੀਆਂ ਕੋ ਪੂਰਾ ਤੋਰ ਲਿਓ, ਕਹਿੰਦਾ ਥੜੇ ਨਾ ਚੜ੍ਹ ਦੇ। ਪੰਜਾਬ ਟੂਡੇ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਸ਼ਮ ਨਾਗਰਾ ਸਵਾਗਤ ਕਰਦਾ। ਅੱਜ ਅਸੀਂ ਪਹੁੰਚੇ ਹੋਏ ਹਾਂ ਮੂਸੇ ਪਿੰਡ ਦੇ ਵਿੱਚ, ਜਿਹੜਾ ਕਿ ਸਿੱਧੂ ਮੂਸੇਵਾਲੇ ਦੇ ਨਾਮ ਨੂੰ ਲੈ ਕੇ ਮਸ਼ਹੂਰ ਹੈ, ਅਤੇ ਜਿਵੇਂ ਕਿ ਪੂਰੇ ਪੰਜਾਬ ਦੇ ਵਿੱਚ ਸਰਪੰਚੀ ਚੋਣਾਂ ਹੋ ਰਹੀਆਂ ਨੇ, ਅਤੇ ਇਸ ਪਿੰਡ ਦੇ ਵਿੱਚ ਵੀ ਸਿੱਧੂ ਮੂਸੇਵਾਲੇ ਦੀ ਮਾਤਾ ਜੀ ਖੜ੍ਹੇ ਹੋਏ ਹੋਏ ਨੇ, ਅਤੇ ਉਹਨਾਂ ਦੇ ਖਿਲਾਫ ਖੜ੍ਹੇ ਹੋਏ ਨੇ ਮਨਜੀਤ ਕੌਰ, ਅਤੇ ਇੱਥੇ ਦੇ ਲੋਕਾਂ ਤੋਂ ਜਾਣਾਂਗੇ ਕਿ ਜਿਹੜੀ ਇੱਧਰ ਮੂਸੇਵਾਲੇ ਪਿੰਡ ਦੀ ਹਵਾ ਕੀ ਕਹਿੰਦੀ ਹੈ, ਕਿੱਧਰਲਾ ਭੱਲੜਾ ਭਾਰੀ ਰਹੂਗਾ, ਅਤੇ ਇਹ ਵੀ ਜਾਣਾਂਗੇ ਕਿ ਇਸ ਪਿੰਡ ਦੇ ਵਿੱਚ ਜਿਹੜਾ ਸ਼ਰਾਬ ਨੂੰ ਲੈ ਕੇ ਜਾਂ ਨਸ਼ੇ ਨੂੰ ਲੈ ਕੇ ਵੰਡਿਆ ਜਾ ਰਿਹਾ ਜਾਂ ਨਹੀਂ ਵੰਡਿਆ ਜਾ ਰਿਹਾ, ਅਤੇ ਉਹਨਾਂ ਤੋਂ ਇਹ ਵੀ ਜਾਣਾਂਗੇ ਕਿ ਕਿਸ ਮੁੱਦਿਆਂ ਨੂੰ ਦੇਖ ਕੇ, ਜਿਹੜਾ ਕਿਹੜੀਆਂ ਗੱਲਾਂ ਨੂੰ ਦੇਖ ਕੇ ਉਹ ਆਪਣਾ ਸਰਪੰਚ ਚੁਣਨਗੇ। ਹਰ ਇੱਕ ਪੰਜਾਬ ਦੇ ਪਿੰਡ 'ਚ ਜਿਹੜੀਆਂ ਸਰਪੰਚੀ ਦੀਆਂ ਚੋਣਾਂ ਹੋ ਰਹੀਆਂ ਨੇ, ਅਤੇ ਮੂਸੇ ਪਿੰਡ 'ਚ ਸਿੱਧੂ ਮੂਸੇਵਾਲੇ ਦੀ ਜਿਹੜੀ ਮਾਤਾ ਜੀ ਖੜ੍ਹੇ ਹੋਏ ਨੇ, ਅਤੇ ਦੂਜੀ ਧਿਰ ਵੱਲੋਂ ਵੀ ਇੱਕ ਲੇਡੀ ਖੜ੍ਹੇ ਹੋਏ ਨੇ, ਤੁਹਾਨੂੰ ਪਿੰਡ ਦਾ ਰੁਝਾਨ ਕੀ ਲੱਗਦਾ? ਸਭ ਤੋਂ ਪਹਿਲਾਂ ਭਾਅ ਜੀ ਮੈਂ ਆਪ ਦੇ ਚੈਨਲ ਦਾ ਬਹੁਤ ਧੰਨਵਾਦ ਕਰਦਾ ਜੀ। ਜਿਹੜੀ ਤੁਸੀਂ ਰੁਝੇਵੇਂ ਵਾਲੀ ਗੱਲ ਪੁੱਛਦੇ ਹੈ, ਜਿਹੜਾ ਸਾਡਾ ਸਿੱਧੂ ਸਾਹਿਬ ਹੈ, ਇਹ ਬਹੁਤ ਹੀ ਪਿਆਰਾ ਬੱਚਾ ਜੀ, ਨਸ਼ਾ ਮੁਕਤ ਕਰਨ ਦੇ ਤਹਿਤ ਇਹ ਪਿੰਡ ਦੀ ਇਲੈਕਸ਼ਨ ਲੜ ਰਹੇ ਨੇ, ਬਿਨਾਂ ਲਾਲਚ ਤੋਂ, ਬਿਨਾਂ ਕਿਸੇ ਕੋਈ ਪਾਰਟੀ ਸ਼ਾਰਟੀ ਤੋਂ ਉੱਠ ਕੇ, ਬਿਨਾਂ ਕਿਸੇ ਮੋਹ ਮੁਹੱਬਤ ਤੋਂ। ਜਿਹੜੇ ਸਾਡੇ ਸਤਿਕਾਰਯੋਗ ਭਾਜੀ ਨੇ, ਇਹ ਵੀ ਸਾਡੇ ਬਿਨਾਂ ਲਾਲਚ ਤੋਂ, ਬਿਨਾਂ ਕਿਸੇ ਮੋਹ ਤੋਂ, ਬਿਨਾਂ ਕਿਸੇ ਉਸ ਤੋਂ ਪੈਸੇ ਤੋਂ, ਬਿਨਾਂ ਦਾਰੂ ਤੋਂ, ਅਤੇ ਇੱਕ ਇਹੋ ਜਿਹਾ ਉਪਰਾਲਾ ਸਨ ਜਿਹੜਾ ਇਸ ਨੌਜਵਾਨ ਨੇ ਕੀਤਾ, ਤਾਂ ਸਾਡਾ ਬਜ਼ੁਰਗਾਂ ਦਾ ਬਹੁਤ ਬਹੁਤ ਸਹਿਯੋਗ ਹੈ। ਇਹ ਮਾਤਾ ਜੀ ਸਾਡੇ ਨਸ਼ੇ ਦੇ ਮੁਤਾਬਕ ਵੀ ਨਸ਼ਾ ਇਸ ਨੇ ਮੁੰਡੇ ਨੇ ਬੰਦ ਕੀਤਾ ਜੀ, ਛੋਟੇ 23-24 ਸਾਲ ਦੇ ਵਿੱਚ, ਵੀ ਸਾਡਾ ਦੁਨੀਆ ਸਾਰੇ ਬੁੜੀਆਂ ਮਾਤਾ ਸਾਰੀਆਂ ਹੋ ਗਈਆਂ ਵੀ ਜਿਹੜੇ ਅੱਜ ਨਸ਼ਾ ਬੰਦ ਕਰ ਰਿਹਾ, ਅਸੀਂ ਸਾਰੇ ਇਸ ਸਿੱਧੂ ਸਾਹਿਬ ਦੀ ਮਦਦ ਕਰ ਰਹੇ ਹਾਂ ਜੀ। ਠੀਕ ਹੈ ਜੀ। ਪਹਿਲਾਂ ਮੂਸੇ ਪਿੰਡ 'ਚ ਨਸ਼ਾ ਸੀ? ਨਸ਼ੇ ਪਹਿਲਾਂ ਮਤਲਬ ਵੋਟਾਂ ਵਾਲੇ ਜਿਹੜੇ ਦੋਨੇ ਕੈਂਡੀਡੇਟ ਬਣਦੇ ਹੁੰਦੇ, ਤੂੰ ਕੀ ਇਹ ਕਹਿੰਦਾ ਵੀ ਮੈਂ ਬਿਨਾਂ ਨਸ਼ਾ ਬੰਦੇ ਕੋਈ ਕੈਂਡੀਡੇਟ ਬਣਨਾ ਹੈ? ਅੱਛਾ ਜੀ। ਅਸੀਂ ਸਾਰੇ ਇਸ ਪਾਸੇ ਉਲਟ ਗਏ, ਅਸੀਂ ਸਾਰਾ ਗੁਰਸਿੱਖ ਪਰਿਵਾਰ ਹੈ, ਸਾਰਾ ਪਿੰਡ, ਸਾਰੇ ਬੰਦੇ ਇਹ ਵੀ ਗੁਰਸਿੱਖ ਪਰਿਵਾਰ ਹੈ, ਸਾਰੇ ਇਸ ਦੇ ਵਿੱਚ ਸਾਰਾ ਪਰਿਵਾਰ, ਸਾਰਾ ਪਿੰਡ ਦੇ ਮਗਰ ਲੱਗ ਰਹੇ ਨੇ ਜੀ। ਠੀਕ ਹੈ ਜੀ। ਹਾਂਜੀ, ਇਹ ਕੰਮ ਵੀ ਬਹੁਤ ਚੰਗੇ ਅੱਛੇ ਕਰਨਗੇ, ਕੋਈ ਇਹਨਾਂ ਕੋਲ ਪੈਸੇ ਦਾ ਤੋੜਾ ਨਹੀਂ, ਵੀ ਗਰਾਂਡਾ ਖਾ ਜਾਣਗੇ, ਇਹ ਤਾਂ ਪੱਲਿਓ ਲਾਉਣ ਵਾਲੇ ਪੈਸੇ ਆ, ਗਰੀਬਾਂ ਦਾ ਇਲਾਜ ਵੀ ਕਰਾ ਰਿਹਾ ਕੈਂਸਲ ਵਾਲਿਆਂ ਦਾ, ਹੋਰ ਮਦਦ ਵੀ ਦੇ ਰਹੇ ਆ, ਬਹੁਤ ਪਿੰਡ ਦੇ ਬਹੁਤ ਚੰਗੇ ਕੰਮ ਕਰ ਰਹੇ ਜੀ। ਕਿੰਨੀ ਵੋਟ ਨਾਲ ਕੌਣ ਜਿੱਤ ਸਕਦਾ ਜਾਂ ਹਾਰ? ਸਾਨੂੰ ਜਿੱਤ ਵੀ ਬਹੁਤ ਵੱਡੀ ਤੋਂ ਵੱਡੀ ਜਿੱਤ, ਉਹ ਤੀਜਾ ਹਿੱਸਾ ਵੀ ਲਿਜਾ ਨਹੀਂ ਸਕਦਾ ਜੀ। ਠੀਕ ਹੈ ਜੀ। ਹਾਂਜੀ, ਤੁਹਾਨੂੰ ਕੀ ਲੱਗਦਾ ਕਿ ਪਿੰਡ ਦੇ ਰੁਝਾਨ ਕੀ ਨੇਗੇ 30 ਤਰੀਕ ਨੂੰ ਜਿਹੜਾ ਇਲੈਕਸ਼ਨ ਹੋਊਗੀ, ਉਦੋਂ ਬਾਅਦ ਜਿਹੜਾ ਫੈਸਲਾ ਆਊਗਾ ਉਹ ਕਿਹਦੇ ਹੱਕ 'ਚ ਹੋ ਸਕਦਾ? ਉਹ ਅਸੀਂ ਤਾਂ ਇਹੀ ਗੱਲ ਕਹਿੰਦੇ ਹਾਂ ਵੀ ਜਿਹੜਾ ਬੰਦਾ ਸਹੀ ਹੈਗਾ ਉਸੇ ਦੇ ਹੱਕ 'ਚ ਹੀ ਰੁਝਾਨ ਆਊਗਾ। ਤੁਹਾਡੇ ਮੁਤਾਬਕ ਕੌਣ ਸਹੀ ਹੈ? ਸਾਡੇ ਮੁਤਾਬਕ ਤਾਂ ਊਂ ਤਾਂ ਅਸੀਂ ਦੋਨਾਂ ਨੂੰ ਇੱਕੋ ਜਿਹੀ ਮੰਨਦੇ ਹਾਂ, ਕੋਈ ਕਿਸੇ ਨੂੰ ਗਲਤ ਨਹੀਂ ਕਹਿੰਦੇ, ਪਰ ਰੁਝਾਨ ਅਸੀਂ ਇਹ ਕਹਿੰਦੇ ਵੀ ਆਪਣਾ ਮਨਜੀਤ ਕੌਰ ਦੇ ਹੱਕ 'ਚ ਆਊਗਾ। ਰੁਝਾਨ ਮਨਜੀਤ ਕੌਰ ਦੇ ਹੱਕ? ਮਨਜੀਤ ਕੌਰ ਦੇ। ਠੀਕ ਹੈ ਜੀ, ਤੁਹਾਡੇ ਮੁਤਾਬਕ ਕੀ ਹੈ? ਮਨਜੀਤ ਕੌਰ ਦੇ ਹੱਕ 'ਚ ਹੀ ਆਊਗਾ ਜੀ। ਅੱਛਾ ਜੀ। ਹਾਂਜੀ। ਅਤੇ ਤੁਹਾਡੇ ਮੁਤਾਬਕ ਜਿਹੜਾ ਨਸ਼ਾ ਜਾਂ ਸ਼ਰਾਬ ਮੂਸੇ ਪਿੰਡ 'ਚ ਵੰਡੀ ਜਾ ਰਹੀ ਹੈ ਜਾਂ ਨਹੀਂ? ਨਹੀਂ ਵੰਡੀ ਜਾ ਰਹੀ। ਨਹੀਂ, ਜਿਹੜੇ ਸੁਰਜੀਤ ਸਿੰਘ ਦੇ ਕੈਂਡੀਡੇਟ ਨੇ ਮਨਜੀਤ ਕੌਰ ਦੇ, ਉਹ ਦਾਰੂ ਆਪੋ ਆਪਦੀ ਘਰੋਂ ਹੀ ਪੀਂਦੇ ਨੇ, ਕੋਈ ਸੁਰਜੀਤ ਸਿੰਘ ਕੋਈ ਆਪਦੀ ਦਾਰੂ ਨਹੀਂ ਵਰਤਾਉਂਦਾ, ਸੁਰਜੀਤ ਸਿੰਘ ਆਪਦੇ ਕੋਲੋਂ ਕੋਈ ਦਾਰੂ ਨਹੀਂ ਵੇਚਦਾ, ਉਹ ਮਨਜੀਤ ਸਿੰਘ ਕੌਰ ਦੇ। ਮਨਜੀਤ ਕੌਰ। ਅੱਛਾ ਜੀ। ਅਤੇ ਪਿੰਡ ਦੇ ਲੋਕ ਵੀ ਉਹ ਦਾਰੂ ਪੀਂਦੇ ਨੇ ਆਪੇ? ਦਾਰੂ ਆਪਦੀ ਘਰੋਂ ਪੀਂਦੇ ਨੇ। ਅੱਛਾ ਜੀ। ਹਾਂ, ਕੋਈ ਬੰਦਾ ਵੀ ਉਹ ਅੱਜ ਦੀ ਘੜੀ ਜਾ ਕੇ ਦੇਖ ਲਓ
ਵੀ ਉਹਦੇ ਘਰ ਜਾ ਕੇ ਦਾਰੂ ਦੇਖ ਲਓ, ਜੇ ਹੋਈ ਤਾਂ ਤੁਸੀਂ ਕਹਿ ਦਿਓ ਵੀ ਉਹ ਮਨਜੀਤ ਕੌਰ ਪਰ ਆਉਂਦੀ ਹੈ, ਪਰ ਅਸੀਂ ਮੰਨਦੇ ਨਹੀਂ, ਅਸੀਂ ਤਾਂ ਆਪਦੀ ਦਾਰੂ ਪੀਂਦੇ ਹਾਂ। ਅੱਛਾ, ਆਪਦੀ ਦਾਰੂ ਪੀਂਦੇ? ਆਪਦੀ ਦਾਰੂ ਪੀਂਦੇ। ਠੀਕ ਹੈ ਜੀ। ਅਤੇ ਸਿੱਧੂ ਮੂਸੇਵਾਲੇ ਦੇ ਪਿੰਡ 'ਚ ਵੀ ਮਤਲਬ ਲੋਕ ਆਪਣੀ ਦਾਰੂ ਪੀਂਦੇ ਨੇ, ਪਰ ਜਿਹੜੇ ਉਮੀਦਵਾਰ ਨੇ ਉਹ ਦਾਰੂ ਨਹੀਂ ਪਿਲਾ ਰਹੇ? ਨਹੀਂ, ਦੋਨੇ ਦਾਰੂ ਅਸੀਂ ਨਹੀਂ ਕਹਿੰਦੇ ਪਿਲਾਉਂਦੇ ਨਹੀਂ ਉਹ, ਪਰ ਉਹਨਾਂ ਬਾਰੇ ਤਾਂ ਸਾਨੂੰ ਜੇ ਕੋਈ ਕਿੰਨਾ ਬਾਰੇ ਨਹੀਂ ਪਤਾ, ਦੋਨੇ ਕੈਂਡੀਡੇਟਾਂ ਬਾਰੇ। ਅੱਛਾ ਜੀ। ਪੜਦੇ ਨਾ ਪਿਆਉਂਦੇ ਹੁਣ, ਦੋਨੇ ਪਿਆਉਂਦੇ ਹੁਣ, ਠੀਕ ਹੈ ਜੀ, ਪਰ ਅਸੀਂ ਤਾਂ ਕਿਸੇ ਤੋਂ ਨਹੀਂ ਪੀਂਦੇ, ਅਸੀਂ ਤਾਂ ਆਪੋ ਆਪਦੀ ਘਰੇ ਪੀਂਦੇ ਹਾਂ। ਤੁਸੀਂ ਆਪੇ ਘਰੇ ਪੀਂਦੇ? ਠੀਕ ਹੈ ਜੀ। ਅਤੇ ਤੁਹਾਡਾ ਕੀ ਮੰਨਣਾ, ਕਿੱਧਰ ਹੋ ਸਕਦੇ ਨੇ ਰੁਝਾਨ? ਕਿਵੇਂ, ਅਸੀਂ ਸਸਰਾਵ ਆਪਦੀ ਪੀਂਦੇ ਹਾਂ ਜੀ। ਅੱਛਾ ਜੀ। ਹਾਂ, ਮੈਂ ਪਿੰਡ ਨੰਬਰਦਾਰ ਦਾ ਮੁੰਡਾ ਜੀ। ਅੱਛਾ ਜੀ। ਹਾਂ ਜੀ। ਅਤੇ ਬਲਵਿੰਦਰ ਨਾਮ? ਬਲਵਿੰਦਰ ਸਿੰਘ ਨਾਮ ਮੇਰਾ। ਕੀ ਹੈ, 70 ਸਾਲ ਹੋ ਗਏ ਤਕਰੀਬਨ ਆਪਣੀ ਆਜ਼ਾਦੀ ਮਿਲੀ ਨੂੰ, ਉਹਦੇ ਤੋਂ ਗਲੀਆਂ ਨਾਲੀਆਂ ਦੇ ਮੁੱਦਿਆਂ 'ਤੇ ਹੀ ਸਰਪੰਚੀ ਦੀ ਚੋਣ ਲੜੀ ਜਾ ਰਹੀ ਹੈ, ਬਟ ਕਿਸੇ ਨੇ ਇਹ ਨਹੀਂ ਕਦੇ ਸੋਚਿਆ ਵੀ ਅਸੀਂ ਨਸ਼ੇ ਦੇ ਖਿਲਾਫ ਚੋਣ ਲੜੀਏ, ਬਿਨਾਂ ਨਸ਼ੇ ਤੋਂ ਨਸ਼ਾ ਮੁਕਤ ਚੋਣ ਲੜੀਏ, ਕਿਸੇ ਨੇ ਸੋਚਿਆ ਅੱਜ ਤੱਕ? ਮਾਤਾ ਜੀ, ਕਿਹਾ ਜਾ ਰਿਹਾ ਕਿ ਮੂਸੇ ਪਿੰਡ ਦੇ ਵਿੱਚ ਜਿਹੜਾ ਸਰਪੰਚੀ ਦੀ ਇਲੈਕਸ਼ਨ ਆ, ਉਹ ਦਾਰੂ ਤੋਂ ਬਿਨਾਂ, ਦਾਰੂ ਵੰਡੀ ਨਹੀਂ ਜਾ ਰਹੀ, ਤੁਹਾਡੇ ਮੁਤਾਬਕ ਕਿੰਨੀ ਕੁ ਸਹੀ ਗੱਲ ਹੈ? ਨਹੀਂ ਜੀ, ਵੰਡੀ ਨਹੀਂ ਜਾਂਦੀ ਦਾਰੂ। ਅੱਛਾ ਜੀ। ਹਾਂ, ਦੋਨੇ ਧਿਰਾਂ ਦਾਰੂ ਨਹੀਂ ਵੰਡ ਰਹੀਆਂ? ਨਹੀਂ ਵੰਡਦੀਆਂ। ਅੱਛਾ ਜੀ, ਤੁਹਾਡਾ ਕੀ ਕਹਿਣਾ? ਹਾਂਜੀ, ਨਹੀਂ ਵੰਡਦੀਆਂ। ਠੀਕ ਹੈ ਜੀ, ਠੀਕ ਹੈ ਜੀ। ਸੋ ਤੁਸੀਂ, ਤੁਹਾਨੂੰ ਕੀ ਲੱਗਦਾ ਕਿ ਜਿਹੜਾ 30 ਤਰੀਕ ਨੂੰ ਇਲੈਕਸ਼ਨ ਤੋਂ ਬਾਅਦ ਜਿਹੜਾ ਰਿਜ਼ਲਟ ਆਊਗਾ, ਕਿਹਦੇ ਹੱਕ 'ਚ ਹੋ ਸਕਦਾ? ਇਹ ਤਾਂ ਕੀ ਕਹਿ ਸਕਦੇ ਹਾਂ ਜੀ। ਅੱਛਾ ਜੀ। ਗਰੀਬਾਂ ਵੰਨੀ ਤਾਂ ਕੌਣ ਜਾਂਦਾ ਜੇ ਅਮੀਰਾਂ ਵੰਨੀ ਜਾਂਦਾ? ਅੱਛਾ ਜੀ। ਹਾਂ, ਤੇ ਕੌਣ ਗਰੀਬ ਹੈ ਤੇ ਕੌਣ ਅਮੀਰ ਹੈ? ਅਮੀਰ ਤਾਂ ਹੈਗਾ ਜੀ ਸਿੱਧੂ ਮੂਸੇ ਵਾਲਾ। ਅੱਛਾ ਜੀ। ਤੇ ਗਰੀਬ ਹੈ ਜੀ ਮਿਸਤਰੀ ਖਿੱਲੂ। ਅੱਛਾ ਜੀ। ਸੋ ਤੁਹਾਡਾ ਕੀ ਮੰਨਣਾ ਕਿ ਜਿਹੜਾ ਰੁਝਾਨ ਆਣਗੇ ਉਹ ਅਮੀਰਾਂ ਵਾਲੇ ਪਾਸੇ ਆਣਗੇ? ਉਹ ਤਾਂ ਹੁਣ ਪਤਾ ਹੀ ਹੈ ਜੀ, ਝੁਕਦੇ ਪਾਲੜੇ ਦੀ ਦੁਨੀਆ ਹੁੰਦੀ ਹੈ। ਅੱਛਾ ਜੀ। ਤੇ ਤੁਸੀਂ ਕਿਹੜੇ ਪਾਲੜੇ ਵੱਲ? ਅਸੀਂ ਤਾਂ ਸਾਂਝੇ ਆ, ਨਾ ਹੀ ਹੈ ਜੀ, ਸਾਰੇ ਪਿੰਡ ਦੇ ਸਾਂਝੇ ਹੈ। ਹਾਂ, ਅਸੀਂ ਤਾਂ ਗਰੀਬਾਂ ਵੱਲ ਨਹੀਂ ਚੱਲਾਂਗੇ, ਗਰੀਬ ਹੈ। ਅਮੀਰ ਨੂੰ ਸਾਨੂੰ ਖੜੇ ਬਾਣੀਆਂ ਕਪੂਰਾ ਤੋਰ ਲਿਓ, ਕਹਿੰਦਾ ਥੜੇ ਨਾ ਚੜ੍ਹਦੇ। ਤੁਹਾਨੂੰ ਪਤਾ ਹੀ ਹੈ ਜਿਵੇਂ ਅੰਕਲ ਜੀ, ਦੋਨੋਂ ਪਾਸੇ, ਇੱਕ ਪਾਸੇ ਜਿਹੜੇ ਮਨਜੀਤ ਕੌਰ ਜੀ ਖੜੇ ਹੋਏ ਨੇ ਤੇ ਦੂਜੇ ਪਾਸੇ ਸਿੱਧੂ ਮੂਸੇਵਾਲੇ ਦੇ ਜਿਹੜੇ ਮਾਤਾ ਜੀ ਖੜੇ ਹੋਏ ਨੇ, ਤੁਹਾਨੂੰ ਕੀ ਲੱਗਦਾ ਕਿ ਜਿਹੜੀ ਹਵਾ ਕਿੱਧਰ ਲਈ ਹੈ? ਨਹੀਂ, ਪਹਿਲਾਂ ਤਾਂ ਮੈਂ ਤੈਨੂੰ ਰੇਤੇ ਦੀ ਗੱਲ ਦੱਸੂਗਾ। ਅੱਛਾ ਜੀ। ਤਾਂ ਇਹ ਸਵਾਲ ਕਰਿਆ ਵੀ ਰੇਤਾ ਉੜਦਾ? ਹਾਂਜੀ। ਇਹ ਸਿੱਧੂ ਮੂਸੇਵਾਲੇ ਦੇ ਪਿਓ ਦੀ ਦੇਣ ਹੈ ਸਾਨੂੰ। ਅੱਛਾ ਜੀ। ਉੱਥੋਂ ਨਾਲੀ ਪੱਟ ਕੇ ਲਿਆ ਟੋਬੇ 'ਚੋਂ। ਅੱਛਾ ਜੀ। ਗੰਦਾ ਪਾਣੀ ਸਾਡੀਆਂ ਬੁੜੀਆਂ ਸਲਵਾਰਾਂ 'ਚ ਤੱਕ ਜਾ ਕੇ ਨਾ ਤੰਬੀਆਂ। ਅੱਛਾ ਜੀ। ਰੱਸੀਆਂ ਬੰਨ ਕੇ ਫਿਰ ਗੁਹਾ ਅੰਦਰ ਸੁੱਟ ਕੇ ਜਾਂਦੀਆਂ ਹੁੰਦੀਆਂ ਇੱਧਰ। ਅੱਛਾ ਜੀ। ਇਹ ਭੋਲੇ ਦੀ ਦੇਣ ਹੈ ਆ ਰੇਤਾ। ਅੱਛਾ ਜੀ। ਅਸੀਂ ਮੁੰਡਾ, ਸਾਨੂੰ ਉਹ ਤਾਂ ਪਿਆਰਾ ਨਹੀਂ ਹੈਗਾ, ਅਸੀਂ ਮੁੰਡੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ। ਠੀਕ ਹੈ ਜੀ। ਪਰ ਨਾ ਉਹਨਾਂ ਨੇ ਸਾਨੂੰ ਇਹ ਪੁੱਛਿਆ ਵੀ ਅਸੀਂ ਵੋਟ ਦੇ ਵਿੱਚ ਖੜੇ ਹੋਵਾਂਗੇ, ਨਾ ਉਹਨਾਂ ਨੇ ਕੋਈ ਗੱਲ ਨਹੀਂ ਕਰੀ ਹੈਗੀ। ਅਸੀਂ 2 ਦਿਨ ਲਗਾਤਾਰ ਸਪੀਕਰ ਦੇ ਵਿੱਚ ਬੋਲਦੇ ਰਹੇ। ਠੀਕ ਹੈ ਜੀ। ਤੀਜੇ ਦਿਨ ਵੀ ਮੁੰਡਾ ਖੜਾ ਕਰਿਆ, ਉਦੋਂ ਵੀ ਅਸੀਂ ਸਪੀਕਰ ਦੇ ਵਿੱਚ ਬੋਲੇ। ਠੀਕ ਹੈ ਜੀ। ਪਰ ਇਹਨਾਂ ਦਾ ਆਇਆ ਕੋਈ ਨਹੀਂ। ਤੁਹਾਡਾ ਕੀ ਮੰਨਣਾ ਹੈ ਕਿ ਜਿਹੜਾ ਰੁਝਾਨ ਹਵਾ ਕਿੱਧਰ ਲਈ ਹੈ? ਹਵਾ ਦੋਨਾਂ ਪਾਸੇ ਹੀ ਹੈ, ਫਸਮਾ ਮੁਕਾਬਲਾ। ਠੀਕ ਹੈ ਜੀ। ਅਤੇ ਜੇ ਆਪਾਂ ਗੱਲ ਕਰੀਏ, ਕਿਹਾ ਜਾ ਰਿਹਾ ਕਿ ਦੋਨੇ ਧਿਰਾਂ ਇਹ ਦਾਅਵਾ ਕਰ ਰਹੀਆਂ ਨੇ ਕਿ ਅਸੀਂ ਨਸ਼ਾ ਮੁਕਤ ਜਿਹੜੀ ਇਲੈਕਸ਼ਨ ਕਰਾ ਰਹੇ ਹਾਂ ਜਾਂ ਸ਼ਰਾਬ ਦੋਨੇ ਧਿਰਾਂ ਅਸੀਂ ਨਹੀਂ ਵੰਡ ਰਹੀਆਂ, ਤੁਹਾਡੇ ਮੁਤਾਬਕ ਇਹ ਗੱਲ ਕਿੰਨੀ ਕੁ ਸੱਚ ਹੈ? ਗਲਤ ਹੈ। ਗਲਤ ਹੈ ਜੀ। ਦੋਨੇ ਧਿਰਾਂ ਵੰਡ ਰਹੀਆਂ ਨੇ? ਨਹੀਂ, ਇੱਕ ਤੇ ਤਾਂ ਸ਼ਰਿਆਂ ਵੰਡ ਰਹੀ ਹੈ। ਅੱਛਾ ਜੀ। ਇੱਕ ਲੋਕ ਸ਼ੇਪ ਕੋਈ ਵੰਡ ਰਹੀ, ਕਿਹੜੀ ਧਿਰ ਸ਼ਰਿਆਂ ਵੰਡ ਰਹੀ ਹੈ? ਨਹੀਂ ਕਿਹਾ। ਅੱਛਾ ਜੀ, ਮਤਲਬ ਵੰਡੀ ਜਾ ਰਹੀ ਹੈ? ਵੰਡੀ ਜਾ ਰਹੀ ਹੈ। ਠੀਕ ਹੈ ਜੀ। ਹਾਂ, ਅੱਧੇ ਘੰਟੇ ਨੂੰ ਇੱਥੇ ਆ ਜਾਓ, ਤੁਹਾਨੂੰ ਡੱਬੇ ਜਾਣਗੇ। ਅੱਛਾ ਜੀ। ਵੰਡੀ ਜਾਂਦੇ? ਵੰਡੀ ਜਾ ਰਹੀ ਹੈ ਜੀ। ਠੀਕ ਹੈ ਜੀ। ਲੇਕਿਨ ਗਲਤ ਹੈ? ਗਲਤ ਹੈ ਜੀ। ਅਤੇ ਵੰਡੀ ਕਿਉਂ ਜਾ ਰਹੀ ਹੈ? ਪੀਣ ਵਾਲੇ ਕੌਣ ਨੇ? ਆਪਾਂ ਹੀ ਹਾਂ, ਪਿੰਡ ਦੇ ਲੋਕ। ਅਤੇ ਉਹ ਕਿਉਂ ਨਹੀਂ ਬਾਈਕਾਟ ਕਰਦੇ? ਯਾਰ, ਜਿਹਨੂੰ ਫ੍ਰੀ ਦੀ ਮਿਲਦੀ ਆ ਉਹ ਪੀ ਜਾਂਦਾ ਗਾ। ਠੀਕ ਹੈ ਜੀ। ਮੈਨੂੰ ਦੇ ਜੋ ਬੋਤਲ, ਮੈਂ ਪੀ ਲੂੰਗਾ। ਅੱਛਾ ਜੀ। ਅਤੇ ਫਿਰ ਵੋਟ ਵੀ ਉਹਨੂੰ ਦੇਖ ਕੇ, ਬੋਤਲ ਨੂੰ ਦੇਖ ਕੇ ਪਾ ਜੂੰਗੇ? ਨਾ। ਅੱਛਾ ਜੀ। ਬਹੁਤ ਬੰਦਾ ਦੇਖ ਕੇ ਪਾਵਾਂਗੇ? ਵੋਟ ਬੰਦਾ ਦੇਖ ਕੇ ਪਾ ਜੂੰਗੇ। ਕਿਹੜੇ ਮੁੱਦਿਆਂ ਨੂੰ ਦੇਖ ਕੇ ਵੋਟ ਪਾਵਾਂਗੇ? ਵੋਟ ਆ ਜੀ ਨਸ਼ੇ ਦੀ ਖਰਾਬੀ। ਹਾਂਜੀ। ਜਿਹੜਾ ਨਸ਼ੇ ਬੰਦ ਕਰੂਗਾ ਉਹਨੂੰ ਪਾਵਾਂਗੇ ਵੋਟ। ਅੱਛਾ ਜੀ। ਜਿਹੜਾ ਸ਼ਰਿਆਂ
ਸ਼ਰਾਬ ਪਿਲਾਈ ਜਾਂਦਾ, ਲੋਕਾਂ ਨੂੰ ਵੰਡੀ ਜਾਂਦਾ, ਉਹਨੂੰ ਥੋੜ੍ਹੇ ਵੋਟ ਪਾਵਾਂਗੇ। ਕਿਹਾ ਜਾਂਦਾ ਜਿਹੜੀ ਪੰਜਾਬ ਦੀ ਜਵਾਨੀ ਹੈ ਜਿਹੜੀ ਉਹ ਨਸ਼ੇ ਦੇ ਵਿੱਚ ਡੁੱਬ ਰਹੀ ਹੈ, ਅਤੇ ਫਿਰ ਕਿਉਂ ਜਿਹੜੇ ਲੀਡਰ ਨੇ ਜਿਹੜੇ ਖੜ੍ਹੇ ਹੋਏ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਦਾਰੂ ਦਾ ਜਿਹੜਾ ਪ੍ਰਚਾਰ ਕਰਨਾ ਪੈਂਦਾ ਜਾਂ ਦਾਰੂ ਵੰਡਣੀ ਪੈਂਦੀ ਹੈ, ਕਿਉਂ ਇਹੋ ਜਿਹੀ ਨੌਬਤ ਆਉਂਦੀ ਹੈ? ਉਹਨਾਂ ਨੂੰ ਆਪ ਨੂੰ ਸੋਚਣਾ ਚਾਹੀਦਾ ਵੀ ਅੱਜ ਦੀ ਪੀੜ੍ਹੀ ਹੈ ਜਿਹੜੀ ਉਹ ਸ਼ਰਾਬ ਨਹੀਂ ਪੀਂਦੀ, ਹੁਣ ਉਹਦੇ ਮਗਰ ਜਾਂਦੇ ਨੇ ਜਿੰਨੇ ਸ਼ਰਾਬ ਵਾਲੀ ਹੋਰ ਕੋਈ ਨਹੀਂ ਆਉਂਦੀ। ਅੱਛਾ ਜੀ, ਹਾਂਜੀ, ਪੁਰਾਣੀ ਪੀੜ੍ਹੀ ਹੈ, ਨਸ਼ਾ ਤੋਂ ਬਚੂਗੀ। ਠੀਕ ਹੈ ਜੀ। ਲੀਡਰਾਂ ਵੇਲੇ ਵੀ ਚੱਲੀ ਜਾਂਦਾ ਜੀ ਦਾਰੂ ਤਾਂ ਜੀ? ਅੱਛਾ ਜੀ, ਹਾਂਜੀ, ਦਾਰੂ ਚੱਲਦੀ ਹੈ ਜੀ? ਉਦੋਂ ਵੀ ਚੱਲਦੀ ਹੈ ਜੀ, ਮੂਸੇ ਪਿੰਡ 'ਚ ਵੀ ਚੱਲਦੀ, ਸਾਰੀ ਚੱਲਦੀ ਹੈ, ਇੱਥੇ ਤਾਂ ਨਹੀਂ ਚੱਲਦੀ, ਹੋਰ ਪਿੰਡ ਸਾਰਾ ਚੱਲਦੀ ਹੈ ਜੀ। ਠੀਕ ਹੈ ਜੀ, ਹਾਂਜੀ, ਠੀਕ ਹੈ ਜੀ। ਹੋਰ ਤੌਰ ਬਾਈ ਡਰਾਈਵਰ ਆ ਮੈਂ, ਹਾਂਜੀ, ਮੈਂ ਡਰਾਈਵਰ ਆ, ਕਈ ਵਾਰ ਸਾਨੂੰ ਗੱਡੀਆਂ ਰਾਹ 'ਚ ਰੋਕ ਲੈਂਦੇ ਆ, ਅਸੀਂ ਕਾਂਹੀ ਕਹਿੰਦੇ ਹਾਂ ਵੀ ਮੂਸੇ ਦੇ ਹਾਂ ਯਾਰ, ਕਹਿੰਦੇ ਜਾਓ ਯਾਰ, ਜੇ ਤੁਸੀਂ ਮੂਸੇ ਦੇ ਐਡੇ ਤਕੜੇ ਸਟਾਰ ਦੇ ਪਿੰਡ ਦੇ ਬੰਦੇ ਹੋ ਯਾਰ, ਲੰਘ ਜਾਓ ਯਾਰ, ਕੋਈ ਚੱਕਰ ਹੀ ਨਹੀਂ ਹੈਗਾ। ਅੱਛਾ ਜੀ, ਚਲਾਨ ਤੋਂ ਬਚਤ ਹੁੰਦੀ ਆ, ਹੋਰ ਤਾਂ ਵੀ ਚਲਾਨ ਤੋਂ ਬਚਤ, ਕਾਗਜ਼ ਨਹੀਂ ਪੂਰੇ ਹੁੰਦੇ? ਕਾਗਜ਼ ਵੀ ਸਾਰੇ ਪੂਰੇ ਹੁੰਦੇ ਨੇ, ਜਦੋਂ ਉਹਨਾਂ ਨੇ ਚਲਾਨ ਕਰਨੇ ਉਹ ਤਾਂ ਕਰ ਹੀ ਦਿੰਦੇ ਆ ਜੀ। ਨਹੀਂ, ਜਦੋਂ ਆਪਾਂ ਸਹੀ ਹੋਵਾਂਗੇ ਉਹ ਚਲਾਨ ਕਿਵੇਂ ਕਰਦੇ? ਨਹੀਂ ਜੀ, ਕੋਈ ਸਹੀ ਨਹੀਂ, ਕੋਈ ਸਹੀ ਨਹੀਂ। ਅੱਛਾ ਜੀ, ਪੁੱਤਰ ਗੱਲ ਹੈ ਬੜੇ, ਉਹਨੇ ਹਵਾ ਪੁੱਤ ਬਹੁਤ ਬਹੁਤ ਚੰਗੀ ਹੈ ਪੁੱਤ, ਮੇਰੇ ਬਸ਼ੇਰਾ ਬਹੁਤ ਚੰਗੀ ਹੈ। ਅੱਛਾ ਜੀ, ਹਵਾ ਕਿੱਧਰਲੀ ਹੈ ਜੀ? ਚੰਗੀ ਤਾਂ ਹੈਗੀ ਹੈ ਮੇਰੇ ਪੁੱਤ ਸਿੱਧੂ ਵਾਲੇ, ਸਿੱਧੂ ਵਾਲੀ ਹਵਾ ਜੀ? ਹਾਂ ਪੁੱਤ, ਹਾਂ। ਅੱਛਾ ਜੀ, ਤੁਹਾਨੂੰ ਕੀ ਲੱਗਦਾ ਸਿੱਧੂ ਜਿੱਤੂ ਜੀ? ਜਿੱਤੂ ਆ ਪੁੱਤਰ 100%। ਅੱਛਾ ਜੀ, ਹਾਂ 100 ਦੀ 100 ਜੀ। ਅੱਛਾ ਜੀ, ਅਤੇ ਤੁਹਾਡਾ ਇਹ ਕੀ ਮੰਨਣਾ ਹੈ ਕਿ ਜੇ ਪਿੰਡ ਦੇ ਵਿੱਚ ਸ਼ਰਾਬ ਦੀ ਗੱਲ ਕਰੀਏ ਤਾਂ ਵੰਡੀ ਜਾ ਰਹੀ ਹੈ ਦੋਨੋਂ ਧਿਰਾਂ ਵੱਲੋਂ ਜਾਂ ਨਹੀਂ? ਨੋ ਪੁੱਤ, ਨੋ, ਦੋਨੇ ਧਿਰਾਂ ਨਹੀਂ ਵੰਡ ਰਹੀਆਂ? ਬਿਲਕੁਲ ਬਿਲਕੁਲ ਨਹੀਂ। ਅੱਛਾ ਜੀ, ਕੋਈ ਤਾਂ ਕੋਈ ਡਰਿੰਕ ਨਹੀਂ ਚੱਲਦੀ ਪੁੱਤ? ਅੱਛਾ ਜੀ, ਕੋਈ ਡਰਿੰਕ ਨਹੀਂ? ਅੱਛਾ ਜੀ, ਆਪਦੇ ਆਪ ਪੀਨੇ ਆ, ਆਪਦੇ ਪੱਲੇ ਪੀਨੇ ਪੁੱਤ, ਮੇਰੀ ਗੱਲ ਸੁਣ ਲੈ, ਮੇਰਾ ਸ਼ੇਰਾ ਮੀਡੀਆ ਮਜੋ ਮਰਜ਼ੀ ਕੁਛ ਸੁਣਨਾ, ਠੀਕ ਹੈ ਜੀ, ਮੇਰਾ ਸ਼ੇਰਾ ਆਪ ਪੀਨੇ ਆਪਦੇ ਪੱਲੇ ਪੱਲੇ ਨੇ, ਆਪਾਂ ਕਿਤੇ ਪੀਨੇ ਕਿਧਰੋਂ ਖਾਧੀ ਪੀਤੀ ਪੁੱਤ? ਠੀਕ ਹੈ ਜੀ, ਠੀਕ ਹੈ ਪੁੱਤ, ਕਿਤੇ ਖਾਂਦੇ ਪੀਂਦੇ ਨਹੀਂ ਆਪਾਂ। ਮੂਸੇ ਵਾਲੇ ਪਿੰਡ ਦੇ ਵਿੱਚ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਜਿਹੜੀ ਸ਼ਰਾਬ ਵੰਡੀ ਜਾ ਰਹੀ ਹੈ ਜਾਂ ਨਹੀਂ? ਮੈਨੂੰ ਇਹਦੇ ਬਾਰੇ ਪਤਾ ਨਹੀਂ ਗਾ, ਵੰਡੀ ਦੀ ਹੈਗੀ ਜ਼ਰੂਰ ਆ। ਅੱਛਾ ਜੀ, ਨਾਲ ਤਾਂ ਪਤਾ ਨਹੀਂ, ਨਾਲੇ ਹੈਗੀ ਆ, ਹੈਗੀ ਆਇਆ ਇੱਕ ਦਿਨ ਦੇਖੇ ਵੀ ਆ। ਅੱਛਾ ਜੀ, ਕਿਹਨੂੰ ਦੇਖਿਆ? ਬਾਂਡਦਿਆਂ ਨੂੰ। ਕਿਹੜੀ ਧਿਰ ਨੂੰ ਦੇਖਿਆ? ਧਿਰ ਨਹੀਂ ਪਤਾ, ਬੰਦੇ ਦੋ ਸੀਗੇ, ਮੋਟਰਸਾਈਕਲ ਦੇ ਬੋਤਲ ਫੜਾ ਕੇ ਕਰਨ ਦੇਣੀ ਕਹਾਣਾਂਗੇ। ਕੀ ਪਤਾ ਉਹ ਕੋਈ ਹੋਰ ਹੋਣ, ਤੁਸੀਂ ਕੰਪਲੇਂਟ ਨਹੀਂ ਕੀਤੀ? ਨਾ, ਤੁਸੀਂ ਮੈਂ ਸਮਝਿਆ ਕਿ ਕੰਪਲੇਂਟ ਕੀਤੀ ਜਾਵੇ ਉਹਨਾਂ? ਮੈਂ ਉਹਨਾਂ ਦੀ ਬੋਤਲ ਦੇਖ ਲਈ, ਫੜਾਈ ਹੋਈ ਬੋਤਲ ਤਾਂ ਤੁਸੀਂ ਦੇਖ ਲਈ, ਤੁਹਾਨੂੰ ਨਹੀਂ ਠੀਕ ਲੱਗਿਆ ਕਿ ਉਹਨਾਂ ਦੀ ਸ਼ਿਕਾਇਤ ਕੀਤੀ ਜਾਵੇ ਪ੍ਰਸ਼ਾਸਨ ਨੂੰ? ਸ਼ਿਕਾਇਤ ਤਾਂ ਜੀ ਹੁਣ ਜੇ ਆਪਾਂ ਇਹੋ ਜਿਹੇ ਕੰਮ ਜੀ ਛੇ ਲੈਂਦੇ ਹੋਈਏ ਤਾਂ ਹੀ ਕਰੀਏ। ਅੱਛਾ ਜੀ, ਆਪਾਂ ਤਾਂ ਇਹ ਆਉਂਦੇ ਹਾਂ ਬੰਦਾ ਵਧੀਆ ਆਵੇ, ਆ ਟੋਬੇ ਦਾ ਪਾਣੀ ਦਾ ਹੱਲ ਹੋ ਜੇ, ਗੁਰੂ ਘਰ ਲਵੇ, ਉਧਰੋਂ ਤਾਂ ਦੇਗ ਬਣਦੀ ਹੁੰਦੀ, ਉਧਰੋਂ ਇਧਰੋਂ ਛੜੇ ਹਾਣ ਜਾਂਦੇ ਆ। ਤੁਹਾਨੂੰ ਕੀ ਲੱਗਦਾ ਜਿਹੜੀ ਹਵਾ ਕਿੱਧਰ ਲਈ ਹੈ ਹੁਣ? ਹੁਣ ਹਵਾ ਦੇਖੋ ਜੀ, ਕਿਹੜਾ ਬੱਚਾ ਪਾਲਟੀ ਦੀ ਇਕੱਠ ਬਾਰੇ ਤਾਂ ਲੱਗਦਾ ਵੀ ਉਧਰੋਂ ਹਵਾ ਵੱਧਦਾ। ਉਧਰੋਂ ਕਿੱਧਰ? ਜਿਹੜਾ ਆਪਣਾ ਸਿੱਧੂ ਸਾਹਿਬ ਆ, ਸਿੱਧੂ ਮੂਸੇ ਵਾਲੇ? ਹਾਂ। ਅੱਛਾ ਜੀ, ਅਤੇ ਬਾਕੀ ਆਥਣੇ ਪੀਣ ਵੇਲੇ ਇੱਧਰ ਐਂ ਲੱਗਦਾ ਗਾ ਵੀ ਇੱਧਰ ਲਿਆਉਂਦਾ ਵੱਧਦਾ। ਪੀਣ ਵੇਲੇ ਕਿਵੇਂ ਮਤਲਬ? ਜਦੋਂ ਪੀਣੀ ਹੁੰਦੀ ਆਥਣੇ ਪੇਕ ਲਾਉਣਾ ਜੀ। ਮਤਲਬ ਇੱਧਰ ਪਲਾਈ ਜਾ ਰਹੀ ਹੈ? ਹਾਂਜੀ। ਅੱਛਾ ਜੀ, ਕਿਵੀ ਖਵਾਉਂਦੇ ਨੇ, ਪਿਲਾਉਂਦੇ ਵੀ ਨੇ, ਆਪਾਂ ਤਾਂ ਗਏ ਨਹੀਂ ਗੇ। ਫਿਰ ਤੁਹਾਨੂੰ ਤੁਸੀਂ ਇਹ ਗੱਲ ਕਿਵੇਂ ਕਹਿ ਸਕਦੇ ਜਦੋਂ ਤੁਸੀਂ ਮੇਰਾ ਭਰਾ ਜਾ ਕੇ ਆਇਆ ਖੁਦ? ਅੱਛਾ ਜੀ, ਉਹ ਪੀ ਕੇ ਆਇਆ? ਖਾ ਕੇ ਆਇਆ ਭੁੱਕੀ ਦਾ ਚਮਚਾ। ਤੁਹਾਡਾ ਭਰਾ ਭੁੱਕੀ ਦਾ ਚਮਚਾ ਖਾ ਕੇ? ਹਾਂ। ਠੀਕ ਹੈ ਜੀ, ਆਪਾਂ ਆਪਦੀ ਨਾ ਕਸ਼ੇ ਦੇ ਅੱਜ ਥਾਈਂ ਚਾਹ ਪੀਤੀ ਆ ਨਾ ਪਾਣੀ, ਘਰੇ ਦੋਨਾਂ ਦੇ ਜਾਇਆ। ਅੱਛਾ ਜੀ, ਹਾਂ ਭੁੱਕੀ ਖਾਂਦੇ ਹਾਂਗੇ ਪੂਰਾ, ਘਰੋਂ ਖਾਂਦੇ ਹਾਂ ਆਪਦੀ। ਅੱਜ ਦੋ ਦਿਨਾਂ ਨਾ ਖਾ ਕੇ ਫਿਰ ਕੀ ਬਣ ਜਾਵਾਂਗੇ? ਕਿਹਦੀ ਜਿੱਤ ਹਾਰ ਹੋ ਸਕਦੀ ਹੈ? ਇਹ ਤਾਂ ਭਾਈ ਇਲੈਕਸ਼ਨ ਵਾਲੇ 'ਚ ਮੈਂ ਆਪਦੇ ਢਿੱਡ 'ਚ ਕੀ ਲਈ ਫਿਰਦਾ, ਮੈਨੂੰ ਤੈਨੂੰ ਕੀ ਪਤਾ, ਤੂੰ ਕੀ ਲਈ ਫਿਰਦਾ ਮੈਨੂੰ ਕੀ ਪਤਾ, ਇਹ ਤਾਂ ਪਤਾ ਲੱਗੂਗਾ 30 ਤਰੀਕ ਨੂੰ ਸ਼ਾਮ ਨੂੰ ਜਦੋਂ ਗਿਣਤੀ ਹੋਈ ਉਸ ਵੇਲੇ। ਠੀਕ ਹੈ, ਉਸ ਵੇਲੇ ਪਤਾ ਲੱਗੂ, ਪਹਿਲਾਂ ਕੋਈ ਪਤਾ ਨਹੀਂ ਲੱਗਦਾ। ਅਤੇ ਪਿੰਡ ਦੇ ਵਿੱਚ ਜਿਹੜੀ ਸ਼ਰਾਬ ਵੰਡੀ ਜਾ ਰਹੀ ਹੈ ਜਾਂ ਨਹੀਂ, ਜਾਂ ਜਿਹੜੀ ਇਲੈਕਸ਼ਨ ਕਿਹਾ ਜਾ ਰਿਹਾ ਕਿ ਮੂਸੇ ਪਿੰਡ 'ਚ ਸ਼ਰਾਬ ਦਾ ਪ੍ਰਚਾਰ ਨਹੀਂ ਹੋ ਰਿਹਾ, ਇਹ ਸਹੀ ਗੱਲ ਹੈ? ਨਾ ਮੈਂ ਸ਼ਰਾਬ ਪੀਤੀ ਹੈ, ਨਾ ਸਾਡੇ ਕੋਈ ਰਿਸ਼ਤੇਦਾਰ ਪੀਂਦਾ, ਨਾ ਸਾਡੇ ਜਵਾਕ ਪੀਂਦੇ, ਨਾ ਮੈਂ ਸ਼ਰਾਬ ਵਾਲੇ ਕੋਲ ਕਦੇ ਗਿਆ। ਠੀਕ ਹੈ ਜੀ, ਨਾ ਮੈਂ ਜਾਵਾਂ। ਠੀਕ ਹੈ ਜੀ, ਨਾ ਮੈਨੂੰ ਸ਼ਰਾਬ ਨਾਲ ਕੋਈ ਬਦਲ ਸਕੇ। ਠੀਕ ਹੈ ਜੀ।
ਸੋ ਕਿਹੜੇ ਮੁੱਦਿਆਂ ਨੂੰ ਦੇਖ ਕੇ ਮੂਸੇ ਵਾਲੇ ਪਿੰਡ ਦੇ ਜਿਹੜੇ ਵਾਸੀ ਨੇ ਉਹ ਵੋਟ ਪਾਉਣਗੇ? ਮੁੱਦਿਆਂ ਨੂੰ ਤਾਂ ਇੱਥੇ ਨਜਿੱਠੇ ਹੀ ਨਹੀਂ ਜਾਂਦਾ, ਮੁੱਦੇ ਸਾਰੇ ਹੀ ਪਏ ਨੇ। ਵਾਟਰ ਬਾਕਸ ਦਾ ਮੁੱਦਾ ਪਿਆ, ਗ੍ਰਿਡ ਦਾ ਮੁੱਦਾ ਪਿਆ, ਛੱਪੜ ਦਾ ਮੁੱਦਾ ਪਿਆ, 40 ਸਾਲਾਂ ਦਾ ਆਹ ਗਲੀਆਂ ਨਾਲੀਆਂ ਦਾ ਮੁੱਦਾ ਪਿਆ। ਇੱਥੋਂ ਇੱਟਾਂ ਵੀ ਲੈ ਗਏ ਪੱਟ ਕੇ ਪੁਰਾਣੀਆਂ, ਜਿਹੜੀਆਂ ਸਰਪੰਚ ਨੇ ਪਟਾਤੀਆਂ, ਜਿਹੜੀਆਂ ਪੁਰਾਣੀਆਂ ਇੱਟਾਂ ਲੱਗੀਆਂ ਸੀ ਨਾ ਪਹਿਲਾਂ, 20 ਪੱਕੀ ਹੋਈ ਸੀ ਇੱਥੇ, ਉਹ ਵੀ ਸਰਪੰਚ ਨੇ ਪਟਾਤੀ ਪਿਛਲੇ ਨੇ। ਹੁਣ ਅੱਜ ਉਹ ਮੁੰਡੇ ਸਿੱਧੂ ਗਾਇਕ ਦੇ ਨਾਲ ਉਹ ਤੁਰਿਆ ਫਿਰਦਾ, ਉਹੀ ਸਰਪੰਚ, ਉਹੀ ਚੇਅਰਮੈਨ, ਨਾਲ ਚੇਅਰਮੈਨ ਸੀ ਪਟਾਉਣ 'ਚ। ਲੇਬਰ ਤੋਂ ਕੰਮ ਮਿਸਤਰੀ ਤੋਂ ਕਰਾਏਂਗੇ, ਕੰਮ ਦਾ ਪੈਸਾ ਲੇਬਰ ਵਾਲੇ ਨੂੰ ਦਿੱਤਾ ਨਹੀਂ, ਉਹਨੂੰ ਕਹਿੰਦੇ ਆਈਟਾਂ ਪੱਟ ਲੈ, ਲੋਕਾਂ ਨੂੰ ਐਂ ਹੋ ਗਿਆ ਵੀ ਖਬਰ ਨਹੀਂ ਦੁਬਾਰੇ ਭਰਤ ਪਾ ਕੇ ਉਹ ਚੀਜ਼ ਚੱਕਣਗੇ, ਜਦੋਂ ਘਰੇ ਜਾ ਕੇ ਆਪਦੇ ਚੱਠਾ ਲਾ ਲਿਆ ਫਿਰ ਲੋਕਾਂ ਨੂੰ ਪਤਾ ਲੱਗਿਆ। ਸੋ ਤੁਹਾਨੂੰ ਲੱਗਦਾ ਕਿ ਇਸ ਵਾਰ ਜਦੋਂ ਇਲੈਕਸ਼ਨ ਖਤਮ ਹੋ ਗਈ, ਜਿੱਤ ਕੇ ਨਤੀਜੇ ਸਾਹਮਣੇ ਆ ਗਏ, ਪਿੰਡ ਦਾ ਵਿਕਾਸ ਹੋਊਗਾ? ਕੋਈ ਵਿਕਾਸ ਨਹੀਂ ਹੁੰਦਾ, ਐਂ ਰਹੂ ਐਂ ਰਹੂ, ਹੁੰਦਾ ਹੀ ਨਹੀਂ ਵਿਕਾਸ, ਚਾਹੇ ਕੋਈ ਜਿੱਤੇ ਜੇ ਕੋਈ ਹਾਰ, ਕੋਈ ਜਿੱਤ ਜਿੱਤੇ, ਇਵੇਂ ਜਿਵੇਂ ਲੱਡੂ ਪੀਂਗੇ ਹੀ ਰਹੂ, ਸਾਡੇ ਅੰਦਾਜ਼ੇ ਮੁਤਾਬਕ। ਕੱਲ ਨੂੰ ਇਹ ਕਰ ਦੇਣ ਕਰ ਦੇਣਾ, ਕੋਈ ਵੀ ਜਿੱਤ ਸਕਦਾ, ਖਿੱਲੂ ਦੇ ਘਰਾਂ ਵਾਲੀ ਜਿੱਤ ਜੇ, ਚਾਹੇ ਸਿੱਧੂ ਦੀ ਮਾਂ ਜਿੱਤ ਜੇ, ਜੇ ਆਪਣੇ ਤੌਰ 'ਤੇ ਕਰਨਗੇ, ਲੋਕਾਂ ਨੂੰ ਚੰਗਾ ਸਮਝਣਗੇ, ਲੋਕਾਂ ਨੂੰ ਕਰ ਦੇਣਗੇ, ਫਿਰ ਨਹੀਂ ਨੱਕੋਂ ਵੱਲੋਂ ਲੈ ਜਾਣਗੇ। ਮੈਂ 30 ਸਾਲ ਪਹਿਲਾਂ 35 ਸਾਲ ਪਹਿਲਾਂ ਮੈਂਬਰ ਰਹਿ ਚੁੱਕਿਆ, ਮੇਰੇ ਜੇ ਹੁਣ ਵੋਟਾਂ ਪਾ ਲਈਆਂ, ਮੈਨੂੰ 5 ਵੀ ਨਹੀਂ ਪਾਉਂਦੇ ਲੋਕ। ਕਿਉਂ ਨਹੀਂ ਪਾਉਂਦੇ ਤੁਸੀਂ ਪਿੰਡ ਦਾ ਵਿਕਾਸ ਨਹੀਂ ਕਰਿਆ? ਮੈਂ ਮੇਰਾ ਆਹੀ ਖੋਟ ਹੈ, ਮੈਂ ਕਹਿ ਦੇਣਾ ਪੜਕ ਦੇਣੇ ਮੂੰਹ 'ਤੇ, ਅਗਲਾ ਕਹਿੰਦਾ ਜਿਹੜੇ ਇਹ ਕਲੇਸ਼ ਕਰੂ। ਤੁਸੀਂ ਮੈਂਬਰ ਰਹੇ ਹੋ, ਤੁਸੀਂ ਉਦੋਂ ਵਿਕਾਸ ਕਰਿਆ? ਉਸ ਵੇਲੇ ਸਾਡੇ ਕੋਲ ਕੀ ਗ੍ਰਾਂਟ ਆਉਂਦੀ ਸੀ, ਉਦੋਂ 5 ਪੈਸੇ ਵੀ ਨਹੀਂ ਸੀ ਗ੍ਰਾਂਟ ਦੇ ਆਉਂਦੇ, 78-77 ਦੀ ਗੱਲ, ਉਹ ਤਾਂ ਗ੍ਰਾਂਟ ਹੀ ਨਹੀਂ ਸੀ ਕੋਈ ਆਉਂਦੀ। ਅਤੇ ਫਿਰ ਇਹ ਪੰਗਾ ਕਾਹਤੋਂ ਲਿਆ? ਪੰਗਾ ਲਿਆ ਸਾਨੂੰ ਲੋਕਾਂ ਨੇ ਚੱਕ ਕੇ, ਜਿਵੇਂ ਹੁਣ ਲੈਂਦੇ ਨਾ। ਮੈਂ ਰਿਸ਼ਤੇਦਾਰ ਜੀ ਬਾਹਰ ਸੀ, ਮੈਂ ਧਰਮ ਨੂੰ ਜਾਣ ਕੇ ਕਹਿੰਦਾ, ਮੈਂ ਬਾਹਰ ਗਿਆ ਹੋਇਆ ਸੀ, ਮੇਰਾ ਬਾਪ ਕਹਿੰਦਾ ਕਿ ਭਖੜਾ ਬੀਜਤਾ, ਮੈਂ ਕਿਵੇਂ, ਕਹਿੰਦਾ ਤੈਨੂੰ ਲੋਕ ਮੈਂਬਰ ਬਣਾਉਂਦੇ ਨੇ, ਮੈਂ ਕਿਹਾ ਜੇ ਮੈਨੂੰ ਚੱਕਦੇ ਨੇ, ਗੋਦੀ ਚੱਕਦੇ ਨੇ, ਫਿਰ ਮੈਂ ਚਿੱਤੜ ਜੇ ਕਿਉਂ ਭਜੀੜਾ? ਮੈਂ ਮੇਰੇ ਪਿਓ ਨੂੰ ਜਵਾਬ ਦਿੱਤਾ, ਮੈਂ ਕਿਹਾ ਮੈਂ ਕਿਉਂ ਹਟਾਂ ਪਿੱਛੇ? ਕਹਿੰਦਾ ਨਹੀਂ। ਅਖੀਰ ਮੇਰਾ ਬਾਪ ਮੈਨੂੰ ਕਹਿੰਦਾ, ਗੱਲ ਸੁਣੋ ਮੁੰਡਿਆ, ਮੈਂ ਕਿਹਾ ਹਾਂ, ਕਹਿੰਦਾ ਲੋਕ ਭਖੜਾ ਇਹਦੀਆਂ ਝੋਲੀਆਂ ਭਰੀ ਫਿਰਦੇ ਨੇ, ਛਿੱਟੇ ਦਿੰਦੇ ਫਿਰਦੇ ਨੇ, ਆਪਦੇ ਪੈਰਾਂ 'ਚ ਫਿੱਡੇ ਫੁੱਡੇ ਪਾ ਕੇ ਟਾਈਮ ਟਪਾ ਲਈ, ਟਾਈਮ ਟਪਾ ਲਿਆ 5 ਸਾਲ ਵਧੀਆ, ਨਾ ਕੋਈ ਉਦੋਂ ਗ੍ਰਾਂਟ ਸੀ, ਨਾ ਕੋਈ ਪਿੰਡ ਦੀ, ਸਾਡੇ 5 ਪੈਸੇ ਵੀ ਨਹੀਂ ਗ੍ਰਾਂਟ ਦੇ, ਨਾ ਕੋਈ ਜ਼ਮੀਨ ਹੈ ਠੇਕੇ 'ਤੇ ਲਾ ਦਈਏ, ਕੋਈ ਜ਼ਮੀਨ ਨਹੀਂ ਪੰਚਾਇਤ ਦੇ ਖਾਤੇ 'ਚ, ਸਭ ਜੁਮਲਾ ਮਾਲਕਣ ਹੋ ਗਈ, ਵੰਡੀ ਗਈ ਲੋਕਾਂ 'ਚ, ਪੱਤੀਆਂ ਮੂੰਹ 'ਚ ਵੰਡੀ, ਬੈਠੇ ਨੂੰ ਠੇਕੇ 'ਤੇ ਦੇ ਦਿੰਦੇ ਨੇ, ਵੰਡ ਲੈਂਦੇ ਨੇ, ਅਗਲਾ ਜਿਹਨੂੰ 2 ਕਿਲੋ ਆਉਂਦੇ ਚਾਹ, ਉਹ ਚਾਹ ਲਿਆਉਂਦਾ, ਕੋਈ ਖੰਡ ਲਿਆਉਂਦਾ, ਆਹ ਕਹਾਣੀ ਹੈ। ਅਸੀਂ ਜਿਹੜਾ ਪਿੰਡ ਦਾ ਕੰਮ ਕਰਦੇ ਸੀ, ਮੇਰਾ ਬੇਟਾ ਇਸ ਦੁਕਾਨ ਦੇ ਵਿੱਚ ਹਜਾਮਤਾਂ ਦਾ ਕੰਮ ਕਰ ਰਿਹਾ ਸੀ, ਆਪਦੇ ਬੱਚੇ ਪਾਲ ਰਿਹਾ ਸੀ, ਇਹਦੇ ਵਿੱਚ ਸਾਡੇ ਉੱਧਰ ਨਾਲੇ ਟੋਭਾ ਸੀਗਾ ਜੀ, ਗਿੱਲਾਂ ਵਾਲਾ ਟੋਭਾ ਜੀ, ਮੂਸੇ ਵਾਲੇ ਸਿੱਧੂ ਦੇ ਪਿਓ ਦੇ ਘਰ ਦੇ ਕੋਲੇ, ਉੱਧਰਲਾ ਪਾਣੀ ਵੀ ਮਜ਼ਬੀ ਸਿੱਖਾਂ ਦਾ ਸਾਡੇ ਬੰਨੀ ਕੱਢਿਆ ਗਿਆ ਜੀ, ਜਿਹਦੇ 'ਚ ਸਾਰੇ ਪਿੰਡ ਦਾ ਪਾਣੀ ਮੇਰੇ ਵਾਰ ਮੂਹਰਦੀ ਆ ਗਿਆ, ਜਦੋਂ ਮੀਂਹ ਪਿਆ 4 ਫੁੱਟ ਪਾਣੀ ਉੱਚਾ ਮੇਰੇ ਵਾਰ ਮੂਹਰੇ ਖੜ੍ਹਾ ਸੀ ਜੀ, ਨਾਲੇ ਮੇਰੇ 3 ਫੁੱਟ ਡੂੰਘੀ ਨਾਲੀ ਮੇਰੇ ਵਾਰ ਮੂਹਰੇ ਹੈ ਜੀ, ਨਿੱਕੇ ਨਿੱਕੇ ਬੱਚੇ ਸਕੂਲ ਜਾਣ ਤੋਂ ਵੀ ਤੰਗ ਹੁੰਦੇ ਸੀ, ਉੱਥੇ ਵੀ ਬੱਚਿਆਂ ਨੂੰ ਝਿੜਕਾਂ ਮਿਲਦੀਆਂ ਸੀ, ਨਾਲੇ ਸਾਡੀ ਦੁਕਾਨ ਦਾ ਕੰਮ ਖੜ ਗਿਆ ਜੀ, ਨਾਲੇ ਮੇਰੇ 4 ਕਮਰੇ ਮਕਾਨ ਦੇ ਢਹਿ ਗਏ। ਕੌਣ ਸੀ ਇਹਦਾ ਜ਼ਿੰਮੇਵਾਰ? ਇਹਦਾ ਜ਼ਿੰਮੇਦਾਰ ਤਾਂ ਸਰਪੰਚ ਸੀਗਾ ਜੀ, ਇਹ 4-5 ਬੰਦਿਆਂ ਨੇ ਰਲ ਕੇ ਇੱਧਰ ਦੀ ਪਾਣੀ ਕੱਢਿਆ ਜੀ, ਸਾਨੂੰ ਕੋਈ ਮਦਦ ਨਹੀਂ ਮਿਲੀ ਜੀ, ਇੱਧਰਲੀ ਗ੍ਰਾਂਟ 2.5 ਲੱਖ ਰੁਪਈਆ ਆਈ ਵੀ ਸੀ, ਸਾਡੇ 1 ਇੱਟ ਵੀ ਨਹੀਂ ਲੱਗੀ ਜੀ, ਇੱਥੇ ਸਰਕਾਰੀ ਇੱਟ ਵੀ ਨਹੀਂ ਲੱਗੀ ਜੀ, ਅਸੀਂ ਬਸ ਟਾਈਮ ਪਾਸ ਕਰਦੇ ਹਾਂ, ਆਪਦੇ ਬੱਚੇ ਪਾਲਦੇ ਹਾਂ, ਕੋਈ ਸਰਕਾਰੀ ਇੱਟ ਦਾ 1 ਰੁਪਈਆ ਨਹੀਂ ਲੱਗਿਆ, 1 ਇੱਟ ਨਹੀਂ ਲੱਗੀ ਜੀ ਸਾਡੇ। ਹਾਂਜੀ, ਤੁਹਾਡਾ ਕੀ ਮੰਨਣਾ ਕਿ ਜਿਹੜੀ ਹਵਾ ਹੈ ਕਿੱਧਰਲੇ ਪਾਸੇ 30 ਤਰੀਕ ਨੂੰ ਜਿਹੜੇ ਨਤੀਜੇ ਆਉਣਗੇ?
ਇਹ ਜੀ ਸਾਡੀ ਜੀ ਤੁਹਾਨੂੰ ਸਹੀ ਗੱਲ ਦੱਸੀਏ ਵੀ ਪੂਰਾ ਜ਼ਬਰਦਸਤ ਮੁਕਾਬਲਾ ਜ਼ਬਰਦਸਤ ਮੁਕਾਬਲਾ ਜੀ ਇੱਧਰ ਇਹ ਮੁੰਡਾ ਸ਼ਰਾਬ ਨਹੀਂ ਦਿੰਦਾ ਅੱਛਾ ਜੀ ਇਹ ਸਿੱਧੂ ਹੈ ਇਹ ਇੱਧਰ ਸ਼ਰਾਬ ਵਰਤੀ ਜਾਂਦੀ ਹੈ ਇੱਧਰ ਸ਼ਰਾਬ ਵਰਤੀ ਜਾਂਦੀ ਹੈ ਜੀ ਅੱਛਾ ਜੀ ਤੁਸੀਂ ਦੇਖੀ ਹੈ ਜੀ ਹਾਂ ਹਾਂ ਅੱਛਾ ਜੀ ਹਾਂ ਸ਼ਰਾਬ ਦੇਖੀ ਹੈ ਉਹ ਵਰਤਦਾ ਨਹੀਂ ਉਹ ਕਹਿੰਦਾ ਮੈਂ ਨਸ਼ਾ ਨਸ਼ੇ ਮੈਂ ਉਹਨੂੰ ਖਿਲਾਫ ਹਾਂ ਕਹਿੰਦਾ ਅੱਛਾ ਜੀ ਹਾਂ ਮੈਂ ਨਸ਼ਾ ਨਹੀਂ ਵਰਤਦਾ ਮੈਂ ਅੱਛਾ ਜੀ ਨਾ ਮੈਂ ਦੇਵਾਂ ਠੀਕ ਹੈ ਜੀ ਹਾਂ ਪਾਉਣੀ ਵੋਟ ਪਾਓ ਨਹੀਂ ਨਾ ਪਾਓ ਅਤੇ ਤੁਸੀਂ ਕਿਹੜੇ ਮੁੱਦਿਆਂ ਨੂੰ ਦੇਖ ਕੇ ਵੋਟ ਪਾਓਗੇ ਅਸੀਂ ਤਾਂ ਇਹ ਕਹਿੰਦੇ ਵੀ ਸਾਡਾ ਪਿੰਡ ਭਾਈ ਤਰੱਕੀ ਕਰੇ ਅੱਛਾ ਜੀ ਵੀ ਸਾਡੇ ਪਿੰਡ ਦਾ ਨਾਂ ਰੋਸ਼ਨ ਕੀਤਾ ਮੁੰਡੇ ਨੇ ਅੱਛਾ ਜੀ ਇੱਕ ਮਿੰਟ ਸਿਮਰਤ ਕੌਰ ਆਈ ਸੀ ਇੱਥੇ ਅੱਛਾ ਹਟਾ ਦਾ ਬੁਰਾ ਹਾਲ ਦੇਖ ਲਓ ਜੀ ਅੱਛਾ ਜੀ ਤੇ ਸਾਰੇ ਪਿੰਡ ਦੇ ਪਸ਼ੂ ਨਹਾਉਂਦੇ ਸੀਗੇ ਠੀਕ ਹੈ ਜੀ ਹੈਂ ਅਤੇ ਇੱਕ ਮਿੰਟ ਗੱਲ ਸੁਣ ਲਓ ਅੱਛਾ ਜੀ ਉਹ ਸਾਰੇ ਪਿੰਡ ਦੇ ਪਸ਼ੂ ਇੱਥੇ ਨਹਾਉਂਦੇ ਸੀਗੇ ਠੀਕ ਹੈ ਜੀ ਸਾਰੇ ਬਹਿੰਦੇ ਉੱਠਦੇ ਸੀਗੇ ਹੈਂ ਉਹ ਠਾ ਲੱਖ ਤਾਂ ਸਿਮਰਤ ਕੌਰ ਦੇ ਗਿਆ ਸੀ ਭੂੰਦੜ ਦੇ ਗਿਆ ਸੀ ਕੋਈ ਵੀ ਲੀਡਰ ਦੇ ਗਿਆ ਪੈਸਾ ਨਹੀਂ ਲੱਗਿਆ ਅਸੀਂ ਤਾਂ ਜੀ ਇਹੀ ਸੋਚ ਆ ਜੀ ਸਾਡੇ ਪਿੰਡ ਦਾ ਵਧੀਆ ਹੋਵੇ ਵਿਕਾਸ ਹੋਵੇ ਬੱਚੇ ਆਉਣ ਵਾਲੀ ਪੀੜ੍ਹੀ ਨਸ਼ਿਆਂ ਤੋਂ ਮੁਕਤ ਹੋਣ ਠੀਕ ਹੈ ਜੀ ਤਾਂ ਵੈਸੇ ਦਾਰੂ ਤੋਂ ਬਿਨੀ ਦੂਜੀਆਂ ਵੋਟਾਂ ਪਾਉਣਾ ਚਾਹੁੰਦੇ ਹਾਂ ਸੋ ਕਿਹਾ ਜਾ ਰਿਹਾ ਕਿ ਦੋਨੇ ਧਿਰਾਂ ਇਹ ਦਾਅਵਾ ਕਰ ਰਹੀਆਂ ਨੇ ਕਿ ਸਾਡੇ ਵੱਲੋਂ ਜਿਹੜਾ ਸ਼ਰਾਬ ਜਾਂ ਦਾਰੂ ਨਹੀਂ ਵੰਡੀ ਜਾ ਰਹੀ ਤੁਹਾਡੇ ਮੁਤਾਬਕ ਇਹ ਗੱਲ ਕਿੰਨੀ ਕੁ ਸਹੀ ਹੈ ਨਹੀਂ ਕੁਛ ਹੱਦ ਤੱਕ ਸਹੀ ਹੈ ਜੀ ਅੱਛਾ ਜੀ ਹਾਂ ਕੁਛ ਤੱਕ ਨਹੀਂ ਨਸ਼ੇ ਜੋ ਕਰਨ ਵਾਲੇ ਕਰੀ ਜਾਂਦੇ ਵੰਡੀ ਵੀ ਜਾਂਦੇ ਆ ਦੋਨੇ ਧਿਰਾਂ ਵੰਡ ਰਹੀਆਂ ਨੇ ਨਹੀਂ ਨਹੀਂ ਦੋਨੋਂ ਨੇ ਕਿਹੜੀ ਧਿਰ ਵੰਡ ਰਹੀ ਹੈ ਕੋਈ ਵੀ ਨਹੀਂ ਨਹੀਂ ਕੋਈ ਨਹੀਂ ਜੀ ਇਸ ਨੇ ਅਸੀਂ ਦੇਖਿਆ ਨਹੀਂ ਨਾ ਕਿਸੇ ਨੂੰ ਵੈਸੇ ਅੱਛਾ ਜੀ ਹਾਂ ਠੀਕ ਹੈ ਜੀ ਤੁਹਾਡੇ ਹਿਸਾਬ ਨਾਲ ਰੁਝਾਨ ਕਿੱਧਰਲੇ ਹੋ ਸਕਦੇ ਨੇ ਰੁਝਾਨ ਤਾਂ ਜੀ ਸਾਨੂੰ ਤਾਂ ਲੱਗਦਾ ਵੀ ਸਿੱਧੂ ਵੱਲ ਹੀ ਹੈ ਯਾਰ ਅੱਛਾ ਜੀ ਕੀ ਰੁਝਾਨ ਨੇ ਤੁਹਾਡੇ ਮੁਤਾਬਕ ਸਰ ਰੁਝਾਨ ਬਹੁਤ ਵਧੀਆ ਸਾਡੇ ਇੱਧਰ ਮਤਲਬ ਮੂਸੇ ਪਿੰਡ 'ਚ ਪਹਿਲੀ ਵਾਰੀ ਹੈ ਵੀ ਨਸ਼ੇ ਮੁਕਤੀ ਤੋਂ ਲੋਕ ਪ੍ਰਭਾਵਿਤ ਹੋ ਕੇ ਸਾਰੇ ਲੋਕ ਜਿੰਨਾ ਯੂਥ ਹੈ ਬਜ਼ੁਰਗ ਨੇ ਔਰ ਵਿਸ਼ੇਸ਼ ਤੌਰ 'ਤੇ ਲੇਡੀਜ਼ ਇਹ ਨਸ਼ਾ ਮੁਕਤੀ ਦੀ ਲਹਿਰ ਹੈ ਅਸੀਂ ਇਹ ਸਮਝਦੇ ਹਾਂ ਵੀ ਨਸ਼ਾ ਮੁਕਤੀ ਲਹਿਰ ਮੂਸੇ ਤੋਂ ਸ਼ੁਰੂ ਹੋਣ ਜਾ ਰਹੀ ਹੈ ਸਿੱਧੂ ਮੂਸੇ ਵਾਲੀ ਬਦੌਲਤ ਇਲੈਕਸ਼ਨ ਦਾ ਇੱਕ ਵੱਖਰਾ ਮੁੱਦਾ ਹੈ ਇਲੈਕਸ਼ਨ ਇਹਨਾਂ ਖਾਤਰ ਕੋਈ ਬਾਹਲੀ ਵੱਡੀ ਗੱਲ ਨਹੀਂ ਸੀ ਨਾ ਹੀ ਇਹ ਇਲੈਕਸ਼ਨ ਵਾਲੀ ਗੱਲ ਹੈ ਦੋਨੇ ਧਿਰਾਂ ਜਿਹੜਾ ਨਸ਼ਾ ਮੁਕਤ ਹੋ ਰਹੀਆਂ ਨੇ ਨਹੀਂ ਅਸੀਂ ਉਹਨਾਂ ਬਾਰੇ ਤਾਂ ਤੁਸੀਂ ਆਪ ਜਾਣਦੇ ਹੋ ਉੱਥੇ ਵਰਤ ਰਹੇ ਹਾਂ ਅਸੀਂ ਜਾਣਦੇ ਨਹੀਂ ਹਲੇ ਅਸੀਂ ਹੁਣ ਸਿੱਧਾ ਹੋ ਰਹੀ ਉਹ ਹਾਂ ਅਸੀਂ ਕਹਿੰਦੇ ਹਾਂ ਵੀ ਉਹ ਮਤਲਬ ਵਰਤਾ ਰਹੇ ਸ਼ਰਾਬ ਅੱਛਾ ਜੀ ਹਾਂ ਅਤੇ ਇੱਥੇ ਬਿਲਕੁਲ ਤੁਸੀਂ ਕਿਤੇ ਕੰਪਲੇਂਟ ਨਹੀਂ ਕੀਤੀ ਨਹੀਂ ਸਰ ਸਾਨੂੰ ਜੇ ਤੁਸੀਂ ਨਸ਼ਾ ਮੁਕਤ ਪੰਜਾਬ ਜਾਂ ਨਸ਼ਾ ਮੁਕਤ ਮੂਸਾ ਪਿੰਡ ਚਾਹੁੰਦੇ ਹੋ ਤਾਂ ਤੁਹਾਡਾ ਇਹ ਵੀ ਫਰਜ਼ ਬਣਦਾ ਹੈ ਕਿ ਜੇ ਕਿਤੇ ਹੋਰ ਕੋਈ ਦਾਰੂ ਵੰਡ ਰਿਹਾ ਤਾਂ ਉਹਦਾ ਜਿਹੜਾ ਵਿਰੋਧ ਕੀਤਾ ਜਾਵੇ ਉਹਦੀ ਸ਼ਿਕਾਇਤ ਕੀਤੀ ਜਾਵੇ ਜੀ ਸਰ ਇਹ ਇਸ ਤੋਂ ਵੱਡਾ ਵਿਰੋਧ ਕੀ ਹੋਊਗਾ ਵੀ ਇੱਕ ਇੰਨਾ ਵੱਡਾ ਸਟਾਰ ਇੱਕ ਛੋਟੀ ਜਿਹੀ ਇਲੈਕਸ਼ਨ ਖਾਤਰ ਇਹ ਇੱਕ ਸੰਦੇਸ਼ ਦੇਣ ਜਾ ਰਹੇ ਨੇ ਇਸ ਤੋਂ ਵੱਡਾ ਹੀ ਹੋਰ ਕੀ ਇਹ ਸ਼ਿਕਾਇਤ ਕਰਨ ਦੀ ਕੀ ਲੋੜ ਹੈ ਸੋ ਲੋਕਾਂ ਨਾਲ ਗੱਲ ਕਰਕੇ ਪਤਾ ਲੱਗਿਆ ਹੈ ਕਿ ਮੁਕਾਬਲਾ ਜਿਹੜਾ ਦੋਨੇ ਧਿਰਾਂ ਦੇ ਵਿੱਚ ਪੂਰਾ ਫਸਮ ਹੈ ਅਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਕੁਝ ਲੋਕਾਂ ਦਾ ਕਿ ਜਿਹੜਾ ਪਿੰਡ ਦੇ ਵਿੱਚ ਜਿਹੜੀ ਨਸ਼ਾ ਬਿਲਕੁਲ ਨਹੀਂ ਵੰਡਿਆ ਜਾ ਰਿਹਾ ਅਤੇ ਕਈਆਂ ਦਾ ਕਹਿਣਾ ਹੈ ਕਿ ਦਾਰੂ ਜਾਂ ਹੋਰ ਨਸ਼ੇ ਵਰਗੀਆਂ ਚੀਜ਼ਾਂ ਜਿਹੜੀਆਂ ਵੰਡੀਆਂ ਜਾ ਰਹੀਆਂ ਨੇਗੀਆਂ ਅਤੇ ਹੁਣ ਇਹ ਤਾਂ ਆਉਣ ਵਾਲੀ 30 ਤਰੀਕ ਨੂੰ ਵੀ ਪਤਾ ਚੱਲੂਗਾ ਕਿ ਕਿਹਦੀ ਜਿੱਤ ਹੁੰਦੀ ਹੈ ਅਤੇ ਕਿਹਦੀ ਹਾਰ ਹੁੰਦੀ ਹੈ ਦੇਖਦੇ ਰਹੋ ਪੰਜਾਬ ਟੂਡੇ ਟੀਵੀ ਧੰਨਵਾਦ ਜੇ ਤੁਹਾਨੂੰ ਸਾਡਾ ਚੈਨਲ ਚੰਗਾ ਲੱਗਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ 'ਤੇ ਕਲਿੱਕ ਕਰੋ